मामा मामा मेरे को दादू को जाना है। नहीं बेटे घर चल रहे हैं, घर नानू वेट कर रहे ने, ते नाले नानू तानू आइसक्रीम भी देंगे। कुछ खादा नहीं होगा, पूछ लेने उन्होंने कुछ। ओ यार मैं तेरे अगे अगे काम तो आया, मैं केड़ा सवेर दे घर बैठा। नाले एक गल हो, तेरे डैडी ठीक नहीं कर रहे ने। ਤੇਰਾ ਦਿਮਾਗ ਸੈੱਟ ਆ, ਡੈਡੀ ਤੇ ਹੁਣ ਇੱਥੇ ਰਹਿੰਦੇ ਵੀ ਨਹੀਂ, ਹੁਣ ਡੈਡੀ ਨੇ ਕੀ ਕਰਤਾ? ਤੁਹਾਨੂੰ ਤਾਂ ਕੁਛ ਪਤਾ ਹੀ ਨਹੀਂ ਹੈਗਾ, ਜਿਹੜੇ ਪਾਕ ਮੈਂ ਜਾਂਦੀ ਆ ਨਾ ਬੱਚਿਆਂ ਨੂੰ ਲੈ ਕੇ, ਉਹ ਵੀ ਉੱਥੇ ਹੀ ਆਉਂਦੇ ਨੇ। ਯਾਰ ਹੁਣ ਡੈਡੀ ਨੂੰ ਮੈਂ ਘਰੇ ਨਾ ਆਉਣ ਤੋਂ ਰੋਕ ਸਕਦਾ, ਮੈਂ ਪਾਕ ਜਾਣ ਤੋਂ ਰੋਕਾਂ, ਤੇ ਜੇ ਉੱਥੇ ਆਉਂਦੇ ਨੇ ਫੇਰ ਕੀ ਹੋ ਗਿਆ? ਫੇਰ ਕੀ ਹੋ ਗਿਆ, ਮੇਰੇ ਬੱਚਿਆਂ ਦੇ ਦਿਮਾਗ ਤੇ ਅਸਰ ਪੈਂਦਾ ਆ। ਕਾਹਦਾ ਅਸਰ ਪੈਂਦਾ? ਪਲੀਜ਼ ਐਕਸਪਲੇਨ ਕਿ ਪ੍ਰੋਬਲਮ ਕੀ ਆ। ਉਹ ਮੇਰੇ ਬੱਚੇ ਕਹਿੰਦੇ ਨੇ ਕਿ ਅਸੀਂ ਦਾਦੂ ਕੋਲ ਜਾਣਾ। ਤੁਸੀਂ ਪਲੀਜ਼ ਉਹਨਾਂ ਨੂੰ ਕਹੋ ਕਿ ਉਸ ਪਾਕ ਚ ਨਾ ਜਿੱਥੇ ਮਰਜ਼ੀ ਜਾਂ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਰੋਜ਼ ਦਾ ਨਵਾਂ ਸੈੱਪ ਹੈ। ਮੈਂ ਇਸ ਗੱਲ ਤੇ ਦੁਬਾਰਾ ਕੋਈ ਡਿਸਕਸ਼ਨ ਨਹੀਂ ਕਰਨਾ, ਤੁਸੀਂ ਹੁਣ ਆਪੇ ਹੀ ਸੰਭਾਲੋ। ਖਵਾਤਾ ਡੈਡੀ ਨੂੰ, ਦਰਵਾਜ਼ਾ ਖੋਲ ਕੇ ਆ ਯਾਰ। ਯਾਰ ਤੁਸੀਂ ਖੋਲ ਦੋ ਨਾ, ਕੀ ਹੋ ਜਾਏਗਾ? ਤੁਸੀਂ ਖੋਲ ਦੋ। ਬੈਠੋ ਬੱਚੋ, ਮੈਂ ਖੋਲ ਦਿੰਦਾ। ਹਾਂਜੀ, ਕਿਹਨੂੰ ਮਿਲਣਾ ਤੁਸੀਂ? ਸਤਿ ਸ਼੍ਰੀ ਅਕਾਲ ਅੰਕਲ ਜੀ। ਸਤਿ ਸ਼੍ਰੀ ਅਕਾਲ ਜੀ, ਕਿਹਨੂੰ ਮਿਲਣਾ ਤੁਸੀਂ? ਅੰਕਲ ਜੀ ਤੁਸੀਂ ਇਹਨਾਂ ਨੂੰ ਜਾਣਦੇ ਹੋ? ਇੱਥੇ ਕੀ ਲੈਣ ਆਇਆ? ਅੰਕਲ ਜੀ ਸਵਾਲ ਇਹ ਨਹੀਂ ਵੀ ਇੱਥੇ ਕੀ ਲੈਣ ਆਇਆ, ਸਵਾਲ ਇਹ ਸੀ ਕਿ ਕੀ ਤੁਸੀਂ ਇਹਨਾਂ ਨੂੰ ਜਾਣਦੇ ਹੋ? ਆਹੋ, ਇਹ ਮੇਰੇ ਕੁੜਮ ਨੇ। ਹਾਂਜੀ ਅੰਕਲ ਜੀ, ਸਾਨੂੰ ਪਤਾ ਤੁਹਾਡੇ ਕੁੜਮ ਨੇ ਇਹ, ਪਰ ਸਾਨੂੰ ਇਹ ਦੱਸੋ ਕਿ ਇਹੋ ਜਿਹੀ ਕਿਹੜੀ ਗਲਤੀ ਹੋ ਗਈ ਕਿ ਇਹਨਾਂ ਨੂੰ ਘਰੋਂ ਕੱਢਿਆ ਗਿਆ? ਕਾਕਾ ਤੂੰ ਇਹ ਛੋਟਾ ਏ, ਸਾਡੇ ਪਰਿਵਾਰ ਦੇ ਵਿੱਚ ਟੰਗ ਅੜਾ ਤੂੰ ਆਪਣੀ। ਇਸ ਬੰਦੇ ਨੇ ਮੇਰੀ ਧੀ ਦਾ ਜੀਣਾ ਦੁਸ਼ਵਾਰ ਕਰਤਾ ਸੀਗਾ। ਪੁੱਛਦਾ ਸੀਗਾ ਤੂੰ ਕਦ ਜਾ ਰਹੀ ਆ, ਕਿੱਥੇ ਜਾ ਰਹੀ ਆ, ਕਿਹਨੂੰ ਮਿਲ ਰਹੀ ਆ। ਕਦੀ ਲੂਣ ਘੱਟ ਦਾਲ ਚ, ਕਦੀ ਕੁਛ ਕਦੀ ਕੁਛ, ਹਮੇਸ਼ਾ ਬਲੇਮ ਕਰਦਾ ਸੀਗਾ, ਇਲਜ਼ਾਮ ਲਗਾਉਂਦਾ ਸੀਗਾ। ਅੰਕਲ ਜੀ ਤੁਸੀਂ ਮੈਨੂੰ ਗੱਲ ਦਾ ਜਵਾਬ ਦਿਓ, ਜਦੋਂ ਤੁਹਾਡੀ ਧੀ ਕੁਆਰੀ ਸੀਗੀ, ਕੀ ਤੁਸੀਂ ਉਹਨੂੰ ਕਦੇ ਸਵਾਲ ਨਹੀਂ ਕੀਤਾ ਕਿ ਪੁੱਤ ਤੂੰ ਕਿੱਥੇ ਜਾ ਰਹੀ ਆ, ਕਦੋਂ ਮੁੜੇਂਗੀ? ਜੇ ਕੋਈ ਤੁਹਾਡੀ ਧੀ ਗਲਤੀ ਕਰਦੀ ਸੀ, ਕੀ ਤੁਸੀਂ ਉਹਨੂੰ ਡਾਂਟਦੇ ਨਹੀਂ ਸੀ? ਉਦੋਂ ਤਾਂ ਤੁਹਾਡੀ ਧੀ ਨੇ ਤੁਹਾਨੂੰ ਘਰੋਂ ਨਹੀਂ ਕੱਢਿਆ। ਮੇਰੇ ਜਵਾਈ ਨੂੰ ਤੇ ਮੇਰੀ ਧੀ ਨੂੰ ਇਸ ਬੰਦੇ ਨੇ ਬਹੁਤ ਦੁੱਖ ਦਿੱਤੇ ਨੇ। ਅੰਕਲ ਜੀ ਕਿਹੜੇ ਕਿਹੜੇ ਦੁੱਖ ਦਿੱਤੇ ਤੁਸੀਂ ਆਪਣੇ ਬੱਚਿਆਂ ਨੂੰ? ਸਾਨੂੰ ਵੀ ਤਾਂ ਪਤਾ ਲੱਗੇ ਜੋ ਇਹ ਬਾਰ ਬਾਰ ਕਹਿ ਰਹੇ ਨੇ। ਪਹਿਲਾ ਦੁੱਖ, ਮੈਂ ਆਪਣੇ ਪੁੱਤ ਨੂੰ ਪੜ੍ਹਾਇਆ ਲਿਖਾਇਆ ਤੇ ਇਸ ਮੁਕਾਮ ਤੇ ਪਹੁੰਚਾਇਆ, ਤੇ ਮੇਰਾ ਦੂਜਾ ਦੁੱਖ, ਮੈਂ ਆਪਣੇ ਪੁੱਤ ਨੂੰ ਇੱਥੇ ਪਹੁੰਚਾਉਣ ਖਾਤੇ ਆਪਣੀ ਜ਼ਮੀਨ ਗਹਿਣੇ ਰੱਖਤੀ। ਤੇ ਭਾਈ ਸਾਹਿਬ ਤੀਜਾ ਦੁੱਖ, ਮੈਂ ਆਪਣਾ ਸਾਰਾ ਮਕਾਨ ਸਾਰਾ ਕੁਛ ਵੇਚ ਕੇ ਇੱਥੇ ਉਸ ਨੂੰ ਮਕਾਨ ਦਿਲਵਾਇਆ। ਤੇ ਚੌਥਾ ਦੁੱਖ, ਇਹਨਾਂ ਦੇ ਪਰਿਵਾਰ ਨੂੰ ਬਚਾਉਣ ਖਾਤਰ ਮੈਂ ਆਪ ਹੀ ਘਰ ਛੱਡ ਕੇ ਚਲਾ ਗਿਆ, ਆਪ ਹੀ ਘਰ ਛੱਡ ਕੇ ਚਲਾ। ਬਾਪੂ
मैं दुआ करता तुहाडी नौ भी ना तुहाडी धी वर्गी होवे, फिर तैनूं पता लगूगा प्यो पुत नूं अलग करन दा दुख की हुंदा। चलो डैडी अंदर आओ, आ जाओ, कोई चक्कर नहीं, आओ अंकल जी तुहाडा अपना घर अंदर जाओ। जाती है माफी मांग ला जी, मनु माफ कर दो प्लीज। डांगो तू तो मेरी धी धी वर्गी है। कड़म जी मैनू माफ करना, मैं तुझे मोह चाहना हो गया सी, मैं नहीं करना। माही दमन तुम्हारे मेरे बच्चों कुड़म जी मैं चलना, तुसी अपना घर संभालो ते मैं अपना घर संभालदा, जे कोई गलती होई ते प्लीज माफ करना जी, अभी तो तुहाडा ही घर है।